ਵੀਰ ਸਿੰਘ ਕਲੋਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਐਸੀ ਬੈਂਕ ਜ਼ਿਲ੍ਹਾ ਹੁਸ਼ਿਆਰਪੁਰ ਸਮੂਹ ਲੋਕਾਂ ਨੂੰ ਦੇ ਅੱਗੇ ਬੇਨਤੀ ਕਰਦਾ ਕਿ ਆਹ ਜਿਹੜੀਆਂ ਪਾਰਟੀਆਂ ਵੱਖ ਵੱਖ ਸਾਨੂੰ ਵੱਡੇ ਵੱਡੇ ਲਾਰੇ ਲਾ ਕੇ ਕੋਈ ਕਹਿ ਰਿਹਾ ਮੈਂ 300 ਯੂਨਿਟ ਬਿਜਲੀ ਮਾਫ਼ ਕਰੂੰਗਾ, ਕੋਈ 400, ਕੋਈ 2000 ਇਸਤਰੀਆਂ ਨੂੰ ਰੁਪਈਆ ਦੇਣ ਦੀਆਂ ਗੱਲਾਂ ਕਰਦਾ। ਇਹ ਸਾਰੇ ਹੀ ਭਰਮਾਊ ਜਿਹੜੇ ਵਾਅਦੇ ਆ, ਇਹਦੇ ਵਿੱਚ ਕਿਸੇ ਨੇ ਵੀ ਫਸਣਾ ਨਹੀਂ। ਦੇਸ਼ ਵਿੱਚ, ਸਟੇਟ ਵਿੱਚ ਬੇਰੁਜ਼ਗਾਰੀ ਇੰਨੀ ਵੱਧ ਗਈ ਆ ਕਿ ਅਸੀਂ ਬੇਰੁਜ਼ਗਾਰਾਂ ਦੀ ਗੱਲ ਕਰੀਏ, ਸਾਡਾ ਬੱਚਾ ਨਸ਼ੇ ਕਰ ਰਿਹਾ, ਵਿਦੇਸ਼ਾਂ ਨੂੰ ਦੌੜ ਰਿਹਾ, ਉਹਨੂੰ ਡੱਕਣ ਲਈ ਸਾਨੂੰ ਇਹ ਮੁਫਤਖੋਰੀ ਜਿਹੜੀ ਆ ਉਹ ਨਹੀਂ ਚਾਹੀਦੀ। ਸਾਨੂੰ ਰੁਜ਼ਗਾਰ ਚਾਹੀਦਾ, ਰੁਜ਼ਗਾਰ ਦੇ ਪ੍ਰਬੰਧ ਕਰਨੇ, ਜਿਹੜੇ ਲੋਕ ਸਾਨੂੰ ਰੁਜ਼ਗਾਰ ਦਾ ਪ੍ਰਬੰਧ ਕਰਕੇ ਦੇਣ, ਅਸੀਂ ਉਹਨਾਂ ਨੂੰ ਹੀ ਆਪਣੀ ਵੋਟ ਦਾ ਅਧਿਕਾਰ ਜਿਹੜਾ ਦੇ ਵਰਤ ਕੇ ਉਹਨਾਂ ਨੂੰ ਅੱਗੇ ਲਿਆਈਏ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹ ਰੁਜ਼ਗਾਰ ਪ੍ਰਾਪਤ ਕਰਕੇ ਆਪਣੇ ਮਾਂ ਪਿਓ ਦਾ, ਆਪਣੇ ਬੱਚਿਆਂ ਦਾ ਪੇਟ ਪਾਲ ਕੇ ਅਤੇ ਇਸ ਸਟੇਟ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ, ਇੱਥੇ ਹੀ ਰਹਿ ਕੇ, ਨਾ ਕਿ ਵਿਦੇਸ਼ਾਂ ਵਿੱਚ ਜਾ ਕੇ। ਜਦੋਂ ਇੱਕ ਬੱਚਾ ਨੌਕਰੀ ਕਰਦਾ ਉਹ 3 ਪੀੜ੍ਹੀਆਂ ਪਾਲਦਾ, ਆਪਣੇ ਮਾਤਾ ਪਿਤਾ ਦੀ ਸੇਵਾ ਕਰਦਾ, ਉਹਨਾਂ ਨੂੰ ਰੋਟੀ ਕੱਪੜਾ ਵਧੀਆ ਖਾਣ ਪੀਣ ਨੂੰ ਦਿੰਦਾ, ਆਦਮੀ ਤੀਵੀਂ ਵਧੀਆ ਜ਼ਿੰਦਗੀ ਬਸਰ ਕਰਦੇ ਆ, ਜਿਹੜੇ ਉਹਨਾਂ ਦੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੀ ਉਹ ਵਧੀਆ ਐਜੂਕੇਸ਼ਨ ਦੇ ਕੇ, ਉਹਨਾਂ ਨੂੰ ਵਧੀਆ ਸਕੂਲਾਂ ਵਿੱਚ ਪੜ੍ਹਾ ਕੇ ਉਹ ਇੱਕ ਵਧੀਆ ਸਮਾਜ ਸਿਰਜਣ ਦੀ ਗੱਲ ਕਰਦਾ। ਅਤੇ ਅਸੀਂ ਕੀ ਕਰ ਰਹੇ ਹਾਂ, ਕੋਈ 2 ਰੁਪਈਏ ਕਿਲੋ ਆਟਾ, ਕੋਈ 4 ਰੁਪਈਏ ਕਿਲੋ, ਉਹਦੇ ਪਿੱਛੇ ਲੱਗ ਲੱਗ ਕੇ ਅਸੀਂ ਆਪਣੇ ਸਟੇਟ ਨੂੰ ਕਰਜ਼ਾਈ ਕਰਵਾ ਰਹੇ ਹਾਂ। ਉਹ ਕਰਜ਼ਾ ਜਿਹੜਾ ਸਟੇਟ ਦਾ ਉਹ ਕਿਤੇ ਸਰਕਾਰੀ ਨਹੀਂ ਹੈਗਾ, ਉਹ ਸਾਡੇ ਸਿਰ ਕਰਜ਼ਾ ਆ। ਹਰ ਬੱਚਾ ਇਸ ਵੇਲੇ 5000 ਤੋਂ 10000 ਰੁਪਈਏ ਤੱਕ ਕਰਜ਼ਾਈ ਹੋ ਚੁੱਕਿਆ। ਸੋ ਇਹਨਾਂ ਲੋਕਾਂ ਦੇ ਲੋਕ ਲੁਭਾਣੇ ਵਾਅਦਿਆਂ ਵਿੱਚ ਨਾ ਆਓ, ਉਹਨਾਂ ਕੋਲੋਂ ਰੁਜ਼ਗਾਰ ਦਾ ਪ੍ਰਬੰਧ ਕਰਾਓ, ਟੈਕਸਾਂ ਦਾ ਘੱਟ ਕਰਾਓ, ਮਹਿੰਗਾਈ ਘੱਟ ਕਰਾਓ। ਜੋ ਇਹ ਸਾਰੇ ਮਹਿੰਗਾਈ ਘੱਟ ਕਰਨ, ਰੁਜ਼ਗਾਰ ਪੈਦਾ ਕਰਨ, ਉਹਨਾਂ ਲੋਕਾਂ ਦੀ ਪਛਾਣ ਕਰੋ ਅਤੇ ਉਹਨਾਂ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।